ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਜ਼ੀਸ਼ਾਨ ਅਲੀ, ਟੂਰਿਸਟ ਮੈਂਟੋਰ ਚੈਨਲ ਤੋਂ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਦੋ ਐਸੇ ਕੰਟਰੀ ਜਿਹੜੇ ਤੁਹਾਨੂੰ ਗੋਲਡਨ ਵੀਜ਼ਾ, ਜਿਹਨੂੰ ਕਹਿੰਦੇ ਆ ਲਾਈਫ ਟਾਈਮ ਵੀਜ਼ਾ ਜਿਹੜਾ ਹੁੰਦਾ ਵਾ, ਉਹ ਦਿੰਦੇ ਆ। ਅਤੇ ਇੱਕ ਯੂਰਪ ਦੇ ਵਿੱਚ ਆ, ਤਾਂ ਇੱਕ ਮਿਡਲ ਈਸਟ ਦੇ ਵਿੱਚ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈਗੀ ਆ ਕਿ ਅਗਰ ਵੀਡੀਓ ਪਸੰਦ ਆਵੇ ਪਲੀਜ਼ ਇਹਨੂੰ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ, ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ। ਤਾਂ ਨਵੇਂ ਆਉਣ ਵਾਲੇ ਦੋਸਤਾਂ ਨੂੰ ਵੈਲਕਮ ਜੀ, ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣ। ਥੈਂਕ ਯੂ ਸੋ ਵੈਰੀ ਮੱਚ। ਚਲੋ ਜੀ, ਅੱਜ ਦੇ ਟੋਪਿਕ ਦੀ ਤਰਫ ਚੱਲਦੇ ਹਾਂ। ਦੋ ਕੰਟਰੀ ਆ ਜਿਹੜੇ ਮੈਨੂੰ ਬਤਾ ਤੇ ਖੁਦ ਬੜੇ ਫੈਸੀਨੇਟ ਕੀਤੇ ਆ, ਜਾਂ ਮੇਰਾ ਆਪਣਾ ਜ਼ਾਤੀ ਓਪੀਨੀਅਨ ਆ, ਮੈਨੂੰ ਅੱਛੇ ਲੱਗੇ ਇਸ ਵਜ੍ਹਾ ਤੇ, ਕਿਉਂ ਇਹਨਾਂ ਦਾ ਕ੍ਰਾਈਟੇਰੀਆ ਵੈਰੀ ਸਿੰਪਲ ਆ, ਸਟ੍ਰੇਟ ਫਾਰਵਰਡ ਆ। ਇਸ ਕਰਕੇ ਮੈਂ ਤੁਹਾਡੇ ਨਾਲ ਵੀ ਆਪਣਾ ਆਈਡੀਆ ਸ਼ੇਅਰ ਕਰਦਾ ਵਾਂ। ਅੱਛਾ ਜੀ, ਪਹਿਲਾ ਕੰਟਰੀ ਹੈਗਾ ਓਮਾਨ, ਜਿਹੜਾ ਮਿਡਲ ਈਸਟ ਦੇ ਵਿੱਚ ਆ। ਓਮਾਨ ਦੇ ਵਿੱਚ ਜੀ ਮੈਂ ਤੁਹਾਨੂੰ ਇੱਕ ਟਿਪ ਕਹਿ ਲਓ ਜਾਂ ਬੋਨਸ ਕਹਿ ਲਓ, ਮੈਂ ਤੁਹਾਨੂੰ ਦਿੰਦਾ ਕਿ ਉੱਥੇ ਹੈਗਾ ਇੱਕ ਇਨਵੈਸਟਰ ਵੀਜ਼ਾ। ਮੈਂ ਜਿਹੜਾ ਲਾਈਫ ਟਾਈਮ ਵੀਜ਼ਾ ਉਹਦੇ ਬਾਰੇ ਬਾਅਦ 'ਚੋਂ ਗੱਲ ਕਰਦਾ। ਇਨਵੈਸਟਰ ਵੀਜ਼ਾ, ਇਨਵੈਸਟਰ ਵੀਜ਼ੇ ਦੇ ਵਿੱਚ ਇਸ ਤਰ੍ਹਾਂ ਵਾ ਕਿ ਤੁਸੀਂ ਅਗਰ ਉੱਥੇ ਕੰਪਨੀ ਖੋਲ੍ਹ ਲਓ, ਉਹਨਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ, ਕੋਈ ਕੈਪੀਟਲ ਨਹੀਂ ਸ਼ੋ ਕਰਨਾ, ਕੋਈ ਡਾਕੂਮੈਂਟੇਸ਼ਨ ਨਹੀਂ ਚਾਹੀਦੀ, ਵੈਰੀ ਸਟ੍ਰੇਟ ਫਾਰਵਰਡ, ਈਜ਼ੀ ਆ। ਈਵਨ ਡੋ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀ ਜਾ ਸਕਦੇ ਆ, ਅਗਰ ਤੁਸੀਂ ਉੱਥੇ ਕੰਪਨੀ ਖੋਲ੍ਹ ਲੈਂਦੇ ਆ LLC ਕੰਪਨੀ। ਉਹਦੇ ਵਿੱਚ ਸਿਰਫ ਇੱਕ ਮਸਲਾ ਵਾ ਕਿ ਅਗਰ ਤੁਹਾਡੇ ਜਿਹੜੇ ਬੱਚੇ ਆ ਨਾ, ਉਹ ਓਵਰ 21 ਈਅਰਸ ਆ, ਤਾਂ ਉਹਨਾਂ ਨੂੰ ਨਹੀਂ ਉਹ ਵੀਜ਼ਾ ਹੈ। ਬਾਕੀ ਜਿਹੜੇ ਅੰਡਰ ਏਜ ਆ, ਅੰਡਰ 21 ਈਅਰਸ ਓਲਡ, ਉਹ ਜਾ ਸਕਦੇ ਆ। 21 ਈਅਰ ਦਾ ਵੀ ਕੋਈ ਮਸਲਾ ਨਹੀਂ ਹੈਗਾ, ਅਗਰ ਤੁਸੀਂ ਜਾਣਾ ਹੀ ਆ ਅਤੇ ਤੁਸੀਂ ਆਪਣੇ ਬੇਟੇ ਨੂੰ ਜਾਂ ਬੇਟੀ ਜਿਹੜੀ 21 ਈਅਰ ਓਲਡ ਤੋਂ ਜ਼ਿਆਦਾ ਵਾ, ਉਹਨੂੰ ਪਾਰਟਨਰ ਬਣਾ ਕੇ ਲੈ ਜਾਓ, ਕਿਉਂਕਿ LLC ਦੇ ਵਿੱਚ ਮੋਰ ਦੈਨ ਤੁਸੀਂ 2 ਵੀ 3 ਵੀ ਤੁਸੀਂ ਪਾਰਟਨਰ ਕਰ ਸਕਦੇ ਆ, 2 ਹੁੰਦਾ। ਚਲੋ, ਬਹੁਤ ਈਜ਼ੀ ਆ ਜੀ, ਇਹ ਕਰਿਓ। ਇਹ ਖੈਰ ਮੈਂ ਤੁਹਾਨੂੰ ਵੈਸੇ ਦੱਸਤਾ। ਹੁਣ ਅਸੀਂ ਚੱਲਦੇ ਹਾਂ ਉਹਦਾ ਜਿਹੜਾ ਹੈਗਾ ਵਾ ਗੋਲਡਨ ਵੀਜ਼ਾ, ਉਹਨੂੰ ਇਹ ਕਹਿੰਦੇ ਆ ਲਾਈਫ ਟਾਈਮ ਵੀਜ਼ਾ। ਉਹਦਾ ਵੀ ਵੈਰੀ ਸਟ੍ਰੇਟ ਫਾਰਵਰਡ ਆ। ਹੁਣ ਅੱਜ ਡੇਟ ਹੈਗੀ ਆ 10th of May 2024, ਅੱਜ ਤੱਕ ਪੋਲਿਸੀਜ਼ ਜਿਹੜੀਆਂ ਮੈਂ ਦੱਸ ਰਿਹਾ ਇਹ ਹੀ ਆ। ਅੱਛਾ, ਉਹ ਜਿਹੜਾ ਵੀਜ਼ਾ ਵਾ ਨਾ, ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਪ੍ਰੋਪਰਟੀ ਬਾਏ ਕਰਨੀ ਆ, ਡਜ਼ਨ ਮੈਥਰ ਕਿ ਉਹ 1 ਬੈਡਰੂਮ ਦਾ ਵਾ ਫਲੈਟ ਆ ਜਾਂ 5 ਬੈਡਰੂਮ ਦਾ ਹਾਊਸ ਆ, ਕੋਈ ਮਸਲਾ ਨਹੀਂ ਗਾ। ਅਗਰ ਤੁਹਾਡੇ ਕੋਲ ਜਿੰਨਾ ਕੈਪੀਟਲ ਆ ਉਸ ਹਿਸਾਬ ਦੇ ਨਾਲ, ਉਹ 'ਚ ਸਿਰਫ ਇੱਕ ਮਸਲਾ ਹੈਗਾ ਕਿ ਇਹਨਾਂ ਨੇ ਐਲੋਕੇਟਡ ਏਰੀਆ ਵਾ, ਇੱਕ ਏਰੀਆ ਮੁਖਸਿਸ ਕੀਤਾ ਕਿ ਤੁਸੀਂ ਇੱਥੇ ਫਾਰਨਰ ਜਿਹੜੇ ਆ ਨਾ, ਉਹ ਪ੍ਰੋਪਰਟੀ ਬਾਏ ਕਰ ਸਕਦੇ ਆ। ਅਤੇ ਤੁਸੀਂ ਉਹ ਜ਼ਰੂਰ ਦੇਖੋ, ਅਗਰ ਕੋਈ ਬੰਦਾ ਕੰਟਰੀ ਸਵਿੱਚ ਕਰਨਾ ਚਾਹੁੰਦਾ ਵਾ ਵਿਦ ਫੈਮਿਲੀ, ਤੁਹਾਡੀ ਪੂਰੀ ਫੈਮਿਲੀ ਨੂੰ ਇਹ ਜਿਹੜਾ ਵਾ ਉਹ ਰੈਜ਼ੀਡੈਂਸ ਦੇ ਦਿੰਦੇ ਆ ਫੋਰ ਲਾਈਫ, ਐਜ਼ ਲੌਂਗ ਐਜ਼ ਯੂ ਓਨ ਦਾ ਪ੍ਰੋਪਰਟੀ। ਜਿੰਨੀ ਦੇਰ ਤੱਕ ਤੁਹਾਡੇ ਕੋਲ ਪ੍ਰੋਪਰਟੀ ਆ, ਤੁਹਾਨੂੰ ਉਨੀ ਦੇਰ ਦਾ ਰੈਜ਼ੀਡੈਂਸ ਇਹ ਦੇ ਦੇਣਗੇ। ਹੁਣ ਤੁਸੀਂ ਅਗਰ ਦੇਖਿਆ ਜਾਵੇ, ਓਮਾਨ ਬਿਊਟੀਫੁਲ ਕੰਟਰੀ ਆ, ਇਹਦੀ ਆਬਾਦੀ ਜਿਹੜੀ ਹੋਣੀ ਆ ਨਾ, ਪੈਪੂਲੇਸ਼ਨ ਇਹਦੀ ਅਰਾਊਂਡ 5 ਮਿਲੀਅਨ ਆ, ਅਤੇ ਇਹਦੀ ਪੈਪੂਲੇਸ਼ਨ ਵੀ ਇਨਕਰੀਜ਼ ਹੋ ਰਹੀ ਹੈ ਪਰ ਈਅਰ। ਤਾਂ ਇਹਨਾਂ ਦਾ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਆ, ਤੁਸੀਂ ਉਹ ਕਰੋ ਵੀ ਤੁਸੀਂ ਚੈੱਕ ਕਰੋ ਨਾ ਇਹਨਾਂ ਦੇ ਸਟੈਟਿਸਟਿਕਸ, ਅਤੇ ਉਹ ਵੀ ਐਵਰੀ ਈਅਰ ਗਰੋਥ ਕਰ ਰਿਹਾ ਵਾ। ਵੈਰੀ ਗੋਲਡਨ ਚਾਂਸ ਆ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿਸੇ ਦੌਰ ਦੇ ਵਿੱਚ ਮਾਲਟਾ ਨੇ ਲੀਬੀਆ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਆਣ ਕੇ ਇੱਥੇ ਪ੍ਰੋਪਰਟੀ ਬਾਏ ਕਰੋ। ਉਹਨਾਂ ਨੇ ਜਦੋਂ ਪ੍ਰੋਪਰਟੀ ਉੱਥੇ ਲੀਬੀਆ 'ਚੋਂ ਵੇਚ ਕੇ ਮਾਲਟਾ ਜਾਣਾ ਸ਼ੁਰੂ ਕੀਤਾ, ਮਾਲਟਾ ਦੀ ਪ੍ਰੋਪਰਟੀ ਜਿਹੜੀ
30-40,000 ਯੂਰੋਜ਼ ਦੀ ਸੀਗੀ, ਉਹ 175-200,000 ਤੀਕਰ, 2 ਲੱਖ ਯੂਰੋ ਤੀਕਰ ਚਲੇ ਗਈ ਸੀਗੀ। ਅਤੇ ਪਲੀਜ਼ ਇਸ ਚਾਂਸ ਨੂੰ ਅਵੇਲ ਕਰੋ ਅਗਰ ਤੁਸੀਂ ਇੰਟਰਸਟਡ ਹੋ ਕੰਟਰੀ ਮੂਵ ਕਰਨ ਲਈ, ਜਾਂ ਤੁਸੀਂ ਆਪਣੇ ਬੱਚਿਆਂ ਦਾ ਬਿਹਤਰ ਮੁਸਤਕਬਿਲ ਚਾਹੁੰਦੇ ਹਾਂ, ਜਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਥੋੜ੍ਹਾ ਚੇਂਜ ਚਾਹੁੰਦੇ ਹਾਂ ਬਿਹਤਰੀ ਵਾਸਤੇ, ਪਲੀਜ਼ ਓਮਾਨ ਜ਼ਰੂਰ ਤੁਸੀਂ ਵਿਜ਼ਿਟ ਕਰੋ। ਅੱਛਾ, ਦੂਸਰਾ ਕੰਟਰੀ ਯੂਰਪ ਦਾ ਕੰਟਰੀ ਆ, ਉਹ ਤੁਹਾਨੂੰ ਨਾ ਰੈਜੀਡੈਂਸ ਦੇ ਦਿੰਦਾ, ਕਾਇੰਡ ਆਫ ਇਹ ਲਾਈਫ ਟਾਈਮ ਹੀ ਵੀਜ਼ਾ ਹੁੰਦਾ ਜਾਂ ਰੈਜੀਡੈਂਸੀ ਹੁੰਦੀ ਆ, ਉਹ ਹੈਗਾ ਜੀ ਕੰਟਰੀ ਸਰਬੀਆ। ਬਿਲਕੁਲ ਤੁਸੀਂ ਠੀਕ ਸੁਣਿਆ, ਸਰਬੀਆ ਕੰਟਰੀ ਐਸਾ ਵਾ ਜਿਨ੍ਹਾਂ ਨੇ ਕੋਈ ਕੈਪੀਟਲ ਨਹੀਂ ਦੱਸਿਆ ਕਿ ਤੁਸੀਂ ਕਿੰਨੇ ਦੀ ਉਹ ਲੈਣੀ ਆ, ਕੋਈ ਐਲੋਕੇਟਿਡ ਏਰੀਆ ਨਹੀਂ ਗਾ, ਸਿਰਫ ਤੁਸੀਂ ਉੱਥੇ ਜਿਹੜੇ ਨਾ ਸਟੇਟ ਦੇ ਐਸੈਟਸ ਆ ਤੁਸੀਂ ਉਹ ਨਹੀਂ ਬਾਏ ਕਰ ਸਕਦੇ, ਮਤਲਬ ਕੋਈ ਗੌਰਮੈਂਟ ਦੀ ਕੋਈ ਪ੍ਰੋਪਰਟੀ ਆ ਤੁਸੀਂ ਉਸ ਤੋਂ ਇਲਾਵਾ ਕੁਛ ਵੀ ਪ੍ਰੋਪਰਟੀ, ਉਹ ਭਲਾ £5,000 ਦੀ ਆ, ਭਲਾ ਉਹ £2,00,000 ਦੀ ਆ, ਤੁਹਾਡੇ ਕੋਲ ਜਿੰਨਾ ਕੈਪੀਟਲ ਆ ਤੁਸੀਂ ਉਸ ਹਿਸਾਬ ਨਾਲ ਉੱਥੇ ਸਰਬੀਆ ਦੇ ਵਿੱਚ ਬਾਏ ਕਰ ਸਕਦੇ ਹਾਂ। ਉਹਦੇ ਵਿੱਚ ਇਹ ਵੀ ਨਹੀਂ ਕਿ ਤੁਸੀਂ ਮਤਲਬ ਗਾਓਂ 'ਚ ਨਹੀਂ ਲੈਣੀ ਜਾਂ ਐਲੋਕੇਟਡ ਏਰੀਆ 'ਚ ਲੈਣੀ ਆ ਜਾਂ ITC ਦੇ ਵਿੱਚ ਲੈਣੀ ਆ, ਨਹੀਂ ਇੱਦਾਂ ਦਾ ਕੋਈ ਚੱਕਰ ਨਹੀਂ, ਜਿੱਥੇ ਮਰਜ਼ੀ ਤੁਸੀਂ ਲੈ ਸਕਦੇ ਹਾਂ ਅਗਰ ਉਹ ਸੇਲ ਕਰ ਰਹੇ ਆ। ਉਹਦਾ ਬਿਹਤਰੀਨ ਅਮਲ ਇਹ ਹੁੰਦਾ ਵਾ ਕਿ ਤੁਸੀਂ ਨਾ ਸਰਬੀਆ ਦੀ ਜਿੰਨੀਆਂ ਵੀ ਹੈਗੀਆਂ ਵਾ ਰੀਅਲ ਸਟੇਟ ਦੀਆਂ ਵੈਬਸਾਈਟਸ ਆ, ਤੁਸੀਂ ਅਗਰ ਉਹਨਾਂ 'ਤੇ ਜਾ ਕੇ ਅਗਰ ਦੇਖਦੇ ਆ ਕਿ ਕੋਈ ਬੰਦਾ ਪ੍ਰੋਪਰਟੀ ਸੈਲ ਕਰ ਰਿਹਾ ਵਾ, ਅਤੇ ਤੁਸੀਂ ਉਹਦੇ ਨਾਲ ਡਾਇਰੈਕਟ ਵੀ ਗੱਲ ਕਰ ਸਕਦੇ ਆ, ਕੁਛ ਉੱਥੇ ਜਿਹੜੇ ਹੁੰਦੇ ਆ ਰੀਅਲ ਸਟੇਟ ਏਜੰਟ ਹੁੰਦੇ ਆ ਉਹ ਸੇਲ ਕਰ ਰਹੇ ਹੁੰਦੇ ਆ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਆ, ਵੈਰੀ ਈਜ਼ੀ ਅਤੇ ਸਟੇਟ ਫਾਰਵਰਡ ਆ। ਹਾਲੇ ਤੀਕਰ ਇਹਨੇ ਸਰਬੀਆ ਨੇ ਵੀ ਆਪਣੀ ਪੋਲਿਸੀ, ਹਾਲਾਂਕਿ ਤੁਸੀਂ ਇਹਦੇ ਆਲੇ ਦੁਆਲੇ ਹੋਰ ਕੰਟਰੀ ਦੇਖਦੇ ਨਾ, ਅਤੇ ਗਿਰਦੋਨਵਾ ਦੇ ਵਿੱਚ ਜਿੱਦਾਂ ਲਾ ਲਓ ਕਿ ਤੁਸੀਂ ਮਲਡੋਵਾ ਵਾ ਜਾਂ ਮੈਸੇਡੋਨੀਆ ਵਾ ਜਾਂ ਮਾਊਂਟਨੀਗਰੋ ਆ, ਉਹਨਾਂ ਨੇ ਇੱਕ ਕੈਪੀਟਲ ਰੱਖਿਆ ਵਾ ਕਿ ਤੁਸੀਂ 2.5 ਲੱਖ ਤੋਂ ਥੱਲੇ ਤੁਸੀਂ ਪ੍ਰੋਪਰਟੀ ਬਾਏ ਨਹੀਂ ਕਰ ਸਕਦੇ, ਜਾਂ 5 ਲੱਖ ਤੋਂ ਜਾਂ 3 ਲੱਖ ਤੋਂ ਡਾਲਰ ਤੋਂ ਜਾਂ ਪਾਊਂਡ ਤੋਂ ਘੱਟ ਨਹੀਂ। ਸਰਬੀਆ ਦਾ ਹਾਲੇ ਤੀਕਰ ਕੋਈ ਚੱਕਰ ਨਹੀਂ ਹੈ, ਸਰਬੀਆ ਦੇ ਵਿੱਚ ਤੁਸੀਂ ਈਵਨ ਲੋ ਕੇ ਅਗਰ ਤੁਹਾਨੂੰ ਕੋਈ ਬੰਦਾ 5,000 pounds ਦੀ ਸੇਲ ਕਰ ਰਿਹਾ ਪ੍ਰੋਪਰਟੀ, ਤੁਸੀਂ ਲੈਣ ਦੇ ਮਜਾਜ਼ ਹੋ, ਤੁਹਾਨੂੰ ਉਹਦੇ ਬਿਹਾਫ ਦੇ ਉੱਤੇ ਟੈਂਪਰੇਰੀ ਰੈਜੀਡੈਂਸੀ ਲੱਭ ਜੂਗੀ, 2 ਸਾਲ ਬਾਅਦ ਤੁਸੀਂ ਪਰਮਾਨੈਂਟ ਰੈਜੀਡੈਂਸੀ ਦੇ ਉੱਤੇ ਆ ਜਾਓਗੇ ਯੂਰਪ ਦੇ ਵਿੱਚ। ਅਤੇ ਪਲੀਜ਼ ਇਸ ਚੀਜ਼ਾਂ ਦੇ ਉੱਤੇ ਗੌਰ ਕਰਨਾ, ਅਗਰ ਵੀਡੀਓ ਅੱਛੀ ਲੱਗੀ ਆ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰਨਾ, ਤਾਂ ਮੇਰੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ, ਆਪਣਾ ਖਿਆਲ ਰੱਖਿਓ, ਗੁੱਡ ਲੱਕ।